जी मित्रां दी मजबानी खातर लहू दिले दा छाणी दा कट कलेचा कीतम बैरे सो भी लायक नहीं तेरे होर तौफीक नहीं कुछ मेरे पियो कटोरा पानी दा। मित्रां दी मजबानी खातर लहू दिले दा छाणी दा पंजाब इंस्टीट्यूट ऑफ आर्ट एंड कल्चर पिलाक लोक स्टूडियो और पिलाक टीवी पाकिस्तान दे बड़े मारूफ गुलूकार फोक गुलूकार जिन्हां दा नाम फोक च पूरी दुनिया च जाणिया जांदा है मेरी मुराद है आलम लोहार होरां तों अज 3 जुलाई नूं उन्हां दी बरसी है और उन्हां दी बरसी दे हवाले नाल असी एक ट्रैक जिहड़ा है उन्हां दा गाया होया अज दे जिहड़े फनकार ने ज़ाहिर हुसैन उन्हां दे कोलों गवा के दोबारा और पिलाक लोक स्टूडियो वालों इन्हों रिलीज़ कर रहे हैं। ज़ाहिर हुसैन साढ़े नाल ने इन्हां नाल 2-3 गल्लां बातें कर रहे हैं और इस तों बाद तुसीं ट्रैक भी साढ़े पिलाक लोक स्टूडियो दे चैनल ते वेख सकोगे और ज़ाहिर हुसैन नाल असीं गल भी करने हैं। जी ज़ाहिर साहब जी आयां नूं जनाब। अस्सलाम वालेकुम सर। वालेकुम सलाम, की हाल है तुहाडा? ठीक हो जी? शुक्र अल्लाह दा, खैरियत ठाक बिल्कुल सर। ते कित्थों तशरीफ लै आए हो, किहड़ा इलाका है आपां? सर मैं आया गुजरात तो 70 किलोमीटर शिमाल दी तरफ जी। साडा गाँव है जी जिहदा नाँ है नंदवाल। नंदवाल, अच्छा जी। और साडा जिहड़ा मशरक दी तरफ है ਉਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਹਿੰਦੇ ਨੇ ਦੁਆੜੇ ਬੇਲੇ ਜੀ ਜੀ, ਉਹ ਬੇਲਾ ਕ੍ਰਾਸ ਕਰੀਏ ਤੇ ਨਾਲ ਹੀ ਆਜੀ ਆਲਮ ਲੋਹਾਰ ਸਾਹਿਬ ਦਾ ਪਿੰਡ ਹੈ। ਅੱਛਾ ਜੀ ਜੀ ਜੀ। ਤੇ ਸਾਡਾ ਤਕਰੀਬਨ ਸਮਝੋ ਵੀ 21 ਬੇਲਾ। ਅੱਛਾ। ਔਰ ਮੈਂ ਇਹਨਾਂ ਦਾ ਜਿਹੜਾ ਇਹ ਗਾਣਾ ਕਲਾਮ ਵਗੈਰਾ ਇਹਨਾਂ ਦੇ ਪੜ੍ਹਨਾ। ਠੀਕ ਹੈ। ਅਤੇ ਹਾਜੀ ਆਲਮ ਲੋਹਾਰ ਸਾਹਿਬ ਨਾਲ ਤੁਹਾਨੂੰ ਇਸ ਹਵਾਲੇ ਨਾਲ ਵੀ ਇਹ ਗੁਰਬਤ ਹੈ ਕਿ ਉਹ ਤੁਹਾਡੇ ਪਿੰਡ ਦੇ ਨਾਲ ਹੀ ਉਹਨਾਂ ਦਾ ਪਿੰਡ ਹੈ। ਜੀ 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 ਸਰ, ਬਿਲਕੁਲ ਸਹੀ। ਅਤੇ ਤੁਹਾਨੂੰ ਕਿਵੇਂ ਸ਼ੌਕ ਪਿਆ ਕਿ ਤੁਸੀਂ ਕਦੋਂ ਸ਼ੌਕ ਪਿਆ ਕਿ ਤੁਸੀਂ ਫੋਕ ਮੌਸੀਕੀ ਲਾਓ? ਸਰ ਜਿਹੜੀ ਸਾਡੇ ਬਜ਼ੁਰਗ ਸੀ ਨਾ ਜੀ ਜੀ, ਉਹ ਆਲਮ ਲੋਹਾਰ ਵਗੈਰਾ ਲੋਕ ਦਾਸਤਾਨਾਂ ਦੇ ਸ਼ੌਕੀਨ ਸੀ। ਠੀਕ ਹੈ। ਅਸੀਂ ਵੀ ਫਿਰ ਉਹਨਾਂ ਨੂੰ ਦੇਖ ਕੇ ਲੋਕ ਦਾਸਤਾਨਾਂ ਦਾ ਸਾਨੂੰ ਵੀ ਸ਼ੌਕ ਪਿਆ। ਠੀਕ ਹੈ। ਜਿਸ ਤਰ੍ਹਾਂ ਉਹ ਆਲਮ ਲੋਹਾਰ ਸਾਹਿਬ ਨੂੰ ਸੁਣਦੇ ਸੀ, ਅਸੀਂ ਵੀ ਫਿਰ ਬਾਅਦ ਦੇ ਵਿੱਚ ਆਲਮ ਸਾਹਿਬ ਨੂੰ ਸੁਣਨਾ, ਇਹਨਾਂ ਦੇ ਨਾਲ ਕਈ ਆਪਣੇ ਮੌਜ ਮੇਲੇ ਵਿੱਚ ਮਗਰ ਆਵਾਜ਼ਾਂ ਲਾਣੀਆਂ। ਠੀਕ ਹੈ। ਜੇ ਕੋਈ ਦਿਲ ਵਾਲਾ ਦੁੱਖੜਾ ਬੋਲ ਰਹੇ ਨਾ ਲਾਏ ਆਸਾਂ ਆਪਣੇ ਮਜ਼ਾਕ ਪਾਉਣ। ਜੀ ਜੀ ਸਹੀ ਹੈ। ਤੇ ਇਸ ਤਰ੍ਹਾਂ ਇਹਨਾਂ ਦੇ ਬੇਸ਼ੁਮਾਰ ਗਾਣੇ ਨੇ ਜਿਹੜੇ, ਮਤਲਬ ਬਹੁਤ ਸਾਰੇ ਫੋਕ ਸਿੰਗਰ ਨੇ ਸਰ, ਇਹ ਇਹਨਾਂ ਨੂੰ ਨਜ਼ਰ ਰੱਖ ਕੇ ਤੇ ਫਿਰ ਅਸੀਂ ਇਹਨਾਂ ਨੂੰ ਸਿੱਖਿਆ। ਇਹ ਜਿਹੜਾ ਚਿਮਟਾ ਹੈ ਇਹ ਵੀ ਇਹਨਾਂ ਦੀ ਨਿਸਬਤ ਨਾਲ ਹੀ ਤੁਸੀਂ ਆਪਣੇ ਨਾਲ ਇੰਸਟਰੂਮੈਂਟ ਦੇ ਤੌਰ ਤੇ ਲਾਇਆ? ਜੀ ਸਰ ਬਿਲਕੁਲ। ਆਜੀ ਆਲਮ ਸਾਹਿਬ ਦੇ ਇਹ ਵੀ ਚਿਮਟੇ ਨਾਲ ਹੀ ਗਾਉਂਦੇ ਸੀ। ਚਿਮਟਾ ਤੁਸੀਂ ਸਾਨੂੰ ਥੋੜਾ ਜਿਹਾ ਵਜਾ ਕੇ ਸੁਣਾਓਗੇ ਇੱਥੇ? ਜੀ ਗੀਤ ਤੇ ਅਸੀਂ ਤੁਹਾਡਾ ਲੋਕ ਸਟੂਡੀਓ ਸੁਣਾ। ਦਿਲ ਵਾਲੇ ਦੁੱਖੜੇ ਦਾ ਕੁਝ ਬੋਲ ਹੀ ਕਹਿ ਦਿਓ। ਦਿਲ ਵਾਲੇ ਦੁੱਖੜੇ ਦਾ ਬੋਲ। ਹਾਂਜੀ। ਓ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਮਰ ਜਾਈਦਾ, ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਓ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ। ਓ ਮੈਂ ਅਲੀ ਪਾ ਕੇ ਮੋਮਦਾ ਮੈਂ ਵਿਰਦ ਕਰਾਂ ਦਮ ਦਮ, ਮੈਨੂੰ ਪੇੜ ਤੇ ਜੱਲੇ ਨੂਰ ਦੇ, ਉਹ ਮੈਨੂੰ ਪੇੜ ਤੇ ਜੱਲੇ ਨੂਰ ਦੇ, ਉਹ ਜੂ ਕਤਰੇ ਸ਼ਬ ਨਮ, ਮੈਂ ਪੜੀ ਨਮਾਜ਼ੇ ਇਸ਼ਕ ਦੀ ਦੂਰ ਹੋਏ ਸਭ ਗਮ, ਮੈਂ ਗਾਵਾਂ ਜੁਗਣੀ ਮੈਂ ਗਾਵਾਂ ਜੁਗਣੀ ਸੱਜਣਾ ਦੀ, ਅੱਲਾ ਬਿਸਮਿਲਾ ਮੇਰੀ ਜੁਗਣੀ, ਆ ਮੁਰਸ਼ਦ ਤੇਰੀ ਜੁਗਣੀ, ਸਾਈ ਬੋੜਾਂ ਵਾਲੇ ਆ ਜੁਗਣੀ। ਬਹੁਤ ਅੱਛਾ, ਬਹੁਤ ਅੱਛਾ। ਤੇ ਅੱਜ ਪਿਲਾਕ ਲੋਕ ਸਟੂਡੀਓ ਲਈ ਤੁਸੀਂ ਕਿਹੜਾ ਗਾਣਾ ਰਿਕਾਰਡ ਕਰਵਾ ਰਹੇ ਹੋ? ਅੱਜ ਸਰ ਮੈਂ ਹਾਜੀ ਸਾਹਿਬ ਦਾ ਗਾਣਾ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਮੇਰੀ ਗੱਲ ਨਾ ਸੁਣ। ਅਸੀਂ ਸਾਰੇ ਜੀ ਪਿਲਾਕ ਲੋਕ ਸਟੂਡੀਓ ਤੇ ਸੁਣਨੇ ਆ ਔਰ ਸਾਡਾ ਜ਼ਾਹਿਰ ਹੁਸੈਨ ਸਾਹਿਬ ਨੇ ਆਲਮ ਲੋਹਾਰ ਸਾਹਿਬ ਦਾ ਗਾਇਆ ਹੋਇਆ ਗੀਤ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਉਹਨਾਂ ਕੋਲੋਂ ਉੱਥੇ ਸੁਣਨੇ ਆ। ਉਸ ਵੇਲੇ ਤੱਕ ਜਿਉਂਦੇ ਵਾਸਤੇ ਰਹੋ, ਰੱਬ ਰਾਖਾ ਤੇ ਅੱਲਾ ਬਿੱਲੀ।